हेलो गाइस, आज मम्मी सारा दिन चूल्हे पे काम करते पे आ। मम्मी ने बनाया जर्दा, बैंगन भर के मटर पनीर बनाया मम्मी ने। दही अंदर आ, मम्मी एक रस्म अदा कर रहे हैं। हुण मम्मी ने पूछा गया रस्म केड़ी है, मैनू भी नहीं पता गया। रस्म पुराने जमाने की है मम्मी, केड़ी रस्म आ? माजरा पिछले जमाने च लोग माजरा दिंदे होंदे, ब्याह होना किसी दा धी पुत दा ते माजरा दिंदे होंदे ते माजरा देण जांदे। साडे मासी दी कुड़ी दा ब्याह वा शन्नो शरण दीदी दा, प्यार नाल शन्नो दीदी कहिंदे आ, ते उहनां नूं अहीं मांजड़ा मांजड़ा मम्मी मांजड़ा देण चले आ। ਮੈਨੂੰ ਇਹ ਦੱਸਿਓ ਕਿ ਕਿਹਨੂੰ ਕਿਹਨੂੰ ਇਹ ਰਸਮ ਬਾਰੇ ਪਤਾ? ਮੈਨੂੰ ਤਾਂ ਪਹਿਲੀ ਵਾਰ ਪਤਾ ਲੱਗਾ ਹੈ ਕਿ ਇਹ ਰਸਮ ਵੀ ਹੁੰਦੀ ਹੈ। ਓਕੇ ਬਾਏ, ਫਿਰ ਮਿਲਦੇ ਹਾਂ ਉਹਨਾਂ ਦੇ ਘਰ ਜਾ ਕੇ। ਲਓ ਜੀ, ਅਸੀਂ ਆ ਗਏ ਹਾਂ ਮਾਸੀ ਕੇ ਘਰ। ਆਹ ਹੈਗੇ ਆ ਮਾਸੀ ਜੀ, ਆਹ ਸ਼ਨੋ ਦੀਦੀ ਆ, ਉਹਦਾ ਸ਼ਰਨ ਦੀਦੀ ਆ, ਪਿਆਰ ਨਾਲ ਸ਼ਨੋ ਦੀਦੀ ਆ, ਉਹ ਸੰਦੀਪ ਦੀਦੀ, ਕੁਲਦੀਪ ਦੀਦੀ, ਅਤੇ ਉਹਨਾਂ ਦੇ ਆਏ ਨਾਲ ਹਸਬੈਂਡ। ਅੱਛਾ, ਦਾਦੀ ਸੱਸ ਦਾ, ਅਤੇ ਆਹ ਹੈਗੇ ਮੰਮੀ। ਹੁਣ ਦੱਸੋ ਕੀ ਕਰਦੇ ਇਹ? ਕਰਦੇ ਦੱਸਿਆ ਅੱਗੇ ਵੀ ਜਦੋਂ ਪਿੱਛੇ ਵਿਆਹ ਹੁੰਦਾ ਸੀ ਅਤੇ ਮਾਂਜੜਾ ਲੋਕ ਦੇ ਕੇ ਆਉਂਦੇ ਸੀ, ਕੋਈ ਸੁੱਕੀ ਰਸ ਦੇ ਆਉਂਦੇ ਹੁੰਦੇ ਸੀ, ਕੋਈ ਪਕਾ ਕੇ ਦੇ ਆਉਂਦੇ ਹੁੰਦੇ ਸੀ। ਅਸੀਂ ਵੀ ਪਕਾ ਕੇ ਸਿੰਨੋ ਦੇ ਵਿਆਹ ਵਾ, ਅਸੀਂ ਸਿੰਨੋ ਵਾਸਤੇ ਪਕਾ ਕੇ ਲਿਆ ਕੇ। ਚਲੋ ਫਿਰ ਖਾਓ।